ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਮੈਂ ਪਿਛਲੇ 10-15 ਦਿਨ ਤੋਂ ਕਿਸੇ ਜ਼ਰੂਰੀ ਕੰਮ ਦੇ ਬਾਅਦ ਸੀ, ਅੱਜ ਹੀ ਪਰ ਦੋ ਚਾਰ ਦਿਨ ਹੋਰ ਲੱਗਣੇ ਸੀ, ਮੈਂ ਸੰਡੇ ਕਰਕੇ ਫਿਰ ਥੋੜ੍ਹਾ ਮੈਨੂੰ ਲੱਗਿਆ ਵੀ ਸੰਗਤ ਇੱਦਾਂ ਦੂਰੋਂ ਨੇੜਿਓਂ ਆਉਂਦੀ ਹੈ ਅਤੇ ਵਾਪਸ ਚਲੀ ਜਾਂਦੀ ਹੈ। ਤੁਹਾਡੇ ਨਾਲ ਗੱਲਬਾਤ ਕਰਨ ਬਾਰੇ ਸਵੇਰੇ ਅਸੀਂ 4 ਵਜੇ ਲਾਈਨ ਹੋਏ ਅਤੇ ਸਿੱਧੇ ਪਹੁੰਚਿਆ ਤੁਹਾਡੇ ਕੋਲ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇੰਨੀ ਠੰਡ ਦੇ ਵਿੱਚ ਵੀ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਵੀ ਪਰਿਵਾਰਾਂ ਦੇ ਪਰਿਵਾਰ ਤੁਸੀਂ ਸਾਰਿਆਂ ਦੇ ਪਰਿਵਾਰ ਦਾ ਜਿਹੜਾ ਦੁੱਖ ਵੰਡਾਇਆ, ਮੇਰੇ ਕੋਲ ਸ਼ਬਦ ਨਹੀਂ, ਮੈਂ ਤੁਹਾਡਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ। ਬਾਕੀ ਗੱਲ ਜਿਹੜੀ ਜਸਟਿਸ ਦੀ ਹੈ ਉਹ ਆਪਣੀ ਸਪੀਡ ਦਾ ਕੰਮ ਚੱਲੀ ਜਾਂਦਾ, ਉਮੀਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਹੈ ਸਾਫ਼ ਹੋ ਜੂ। ਬਾਕੀ ਰਹਿ ਗਈ ਗੱਲ ਸਰਕਾਰਾਂ ਦੀ, ਸਰਕਾਰਾਂ ਤਾਂ ਹੱਥ 'ਤੇ ਹੱਥ ਰੱਖੀ ਵੀ ਉਹ ਬੈਠੀਆਂ ਨੇ, ਇੰਨੀ ਵੱਡੀ ਸਮਾਜ ਨੂੰ ਕਲੰਕਿਤ ਕਰਨ ਵਾਲੀ ਜਿਹੜੀ ਇਹ ਦੋਸ਼ੀਆਂ ਨੇ ਮੁਹਿੰਮ ਵਧੀ ਹੋਈ ਹੈ, ਹੁਣ ਤਾਂ ਇਹ ਪੁਲਿਸ ਦੇ ਉੱਤੇ ਵੀ ਹਮਲੇ ਕਰਨ ਲੱਗ ਗਏ ਔਰ ਕਾਨੂੰਨ ਸਾਡਾ ਹੱਥ ਕਿਹੜੇ ਕਰੀ ਖੜਾ, ਕਿਉਂਕਿ ਇਹ ਪੈਂਤਰੇ ਵਰਤਦੇ ਹੈ ਜੋ ਨਾਈ ਨਾਬਾਲਗਾਂ ਨੂੰ ਲੈ ਲਓ, ਨਾ ਤਾਂ ਉਹਨਾਂ ਦੀ ਕੋਈ ਪੁੱਛਗਿੱਛ ਕਰ ਸਕਦੀ ਹੈ ਪੁਲਿਸ, ਨਾ ਉਹਨਾਂ ਨੂੰ ਗੁੱਟੋ ਕੋਈ ਸਜ਼ਾ ਦੇ ਸਕਦੀ, ਪਰੰਤੂ ਨਾਬਾਲਗ ਕਿਸੇ ਦੇ ਘਰ ਬੰਬ ਵੀ ਸਿੱਟ ਸਕਦਾ, ਉਹ ਕਿਸੇ ਦੀ ਜਾਨ ਵੀ ਲੈ ਸਕਦਾ, ਉਹਨੂੰ ਸਾਰੇ ਹੱਕ ਨੇ। ਇਹਨਾਂ ਲਈ ਆਪਾਂ ਨੂੰ ਸਾਰਿਆਂ ਨੂੰ ਕਾਫੀ ਵੱਡੇ ਉਦਮ ਕਰਨੇ ਪੈਣਗੇ। ਤੁਹਾਡੇ ਸਾਹਮਣੇ ਆ ਪੁਲਿਸ ਲਾਰੈਂਸ ਨੂੰ ਲੈ ਕੇ ਆਈ ਹੈ ਔਰ ਉਹਦੀ ਆਵਾਜ਼ ਦੇ ਸੈਂਪਲ ਲੈਣੇ ਸੀ, ਅਗਲਾ ਕਹਿੰਦਾ ਮੈਂ ਨਹੀਂ ਦਿੰਦਾ, ਉੱਤਰ ਗਿਆ। ਜਦੋਂ ਕਤਲ ਹੋ ਜਾਂਦਾ ਪੋਸਟ ਪਾ ਕੇ ਜ਼ਿੰਮੇਵਾਰੀ ਲੈ ਲੈਂਦੇ ਹੈ ਔਰ ਜਦੋਂ ਕੋਰਟ ਦੇ ਵਿੱਚ ਵਗੀ ਤਾਂ ਜਾ ਕੇ ਕਹਿ ਦਿੰਦੇ ਸਾਡੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਅਤੇ ਸਖ਼ਤ ਪ੍ਰਬੰਧ ਹੈ, ਕਿਹਨੇ ਕਰ ਲਿਆ ਪੁਲਿਸ ਤਾਂ ਕਰੇ ਹੀ ਨਹੀਂ, ਉੱਥੇ ਜਾ ਕੇ ਮੁੱਕਰ ਦਿੰਦੇ। 100-100 ਪਰਚਾ ਦਰਜ ਹੋ ਗਿਆ ਕਿਸੇ ਵੀ ਇੱਕ ਕੇਸ 'ਚੋਂ ਵੀ, ਹਜੇ ਤੱਕ ਲੋਕ ਸੂ ਸਜ਼ਾ ਨਹੀਂ ਹੋਈ, ਜੱਗੂ ਨੂੰ ਸਜ਼ਾ ਨਹੀਂ ਹੋਈ, ਨਾ ਹੀ ਹੋਣ ਦੀ ਸੰਭਾਵਨਾ। ਤਾਂ ਇੱਥੋਂ ਤਾਂ ਸਾਫ਼ ਹੀ ਗੱਲ ਸਾਹਮਣੇ ਆਈ ਪਈ ਹੈ ਵੀ ਸਾਡਾ ਜਿਹੜਾ ਕਾਨੂੰਨ ਹੈ ਉਹ ਇਸ ਜੁਰਮ ਦੇ ਪ੍ਰਤੀ ਨਾ ਕਾਫ਼ੀ ਹੈ ਔਰ ਸਾਡੀਆਂ ਸਰਕਾਰਾਂ ਜਿਹੜੇ ਅਸੀਂ ਸਾਡੀ ਜਨਤਾ ਦੇ ਮੁਤਾਬਕ ਪਾਲਸੀਆਂ ਬਣਾਉਣ ਖਾਤਰ 92 ਚੁਣ ਕੇ ਭੇਜੇ ਨੇ ਉਹ ਚੁੱਪ ਨੇ, ਉਹ ਉਡੀਕ ਕਰਨਗੇ। ਜੇ ਦਿੱਲੀ ਕਹੂਗੀ ਤਾਂ ਉਹ ਕੋਈ ਨਾ ਕੋਈ ਕਾਨੂੰਨ ਪਾਲਸੀ ਬਣਾ ਲੈਣਗੇ, ਨਹੀਂ ਤਾਂ ਮੀਟਿੰਗ ਕਰਦੇ ਆ, ਚੁਟਕਲੇ ਚਾਰ ਸੁਣਾਉਂਦੇ ਆ, ਵਿਰੋਧੀਆਂ ਨੂੰ ਨਿੰਦ ਦਿੰਦੇ ਨੇ, ਕਿਸੇ ਦੀ ਦਾਲ ਰੋਟੀ ਫੜ ਲਈ, ਕਿਸੇ ਦਾ ਕੁਛ ਫੜ ਲਿਆ, ਉਹ ਆਪਣਾ ਟਾਈਮ ਪਾਸ ਕਰੀ ਜਾਂਦੇ ਨੇ, ਪਰ ਇਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ। ਆ ਤੁਹਾਡੇ ਸਾਹਮਣੇ ਹੁਣ ਜਗਰਾਉਂ ਦੇਖੋ, ਪਰਸੋਂ ਕਤਲ ਹੋਇਆ, ਰੋਜ਼ ਦਿਨ ਦਿਹਾੜੇ ਦੀ ਗੱਲਾਂ ਨੇ, ਆਸਾਨੀ ਨਾਲ ਹੁੰਦੇ ਆ ਕਤਲ ਕਰਕੇ ਤੁਰ ਜਾਂਦੇ ਆ, ਪਰ ਕਾਰਵਾਈ ਕਿਸੇ ਨੇ ਪੁੱਛਦੀ। ਅਸੀਂ ਉਹਦੇ ਦੀ ਇਹ ਗੱਲ ਕਹਿੰਦੇ ਹਾਂ ਵੀ ਜੇ ਕਿਸੇ ਦੀ ਗੋਲੀ ਨਾਲ ਜਾਨ ਲਈ ਜਾ ਸਕਦੀ ਹੈ ਤਾਂ ਫਿਰ ਜਾਨ ਲੈਣ ਵਾਲੇ 'ਤੇ ਗੋਲੀ ਕਿਉਂ ਨਹੀਂ ਚੱਲ ਸਕਦੀ, ਜਦ ਦੋਨੇ ਜਾਨਾਂ ਦੀ ਕੀਮਤ ਬਰਾਬਰ ਨਹੀਂ ਸਮਝਣਗੇ ਮਰਨ ਵਾਲੇ ਦੀ ਅਤੇ ਮਾਰਨ ਵਾਲੇ ਦੀ, ਉਹਨਾਂ ਚਿਰ ਵੀਰੋ ਇਸ ਗੱਲ 'ਤੇ ਕੋਈ ਅਮਲ ਨਹੀਂ ਹੋਣਾ। ਆਪਾਂ ਬੀਤੀ ਜਾਂਦੇ ਹਾਂ 7 ਮਹੀਨੇ ਮੈਨੂੰ ਹੋ ਗਏ ਮਿਲਾਪ ਕਰਦੇ ਨੂੰ ਇੱਥੇ, ਤੁਸੀਂ ਆਉਂਦੇ ਹੋ ਠੰਡ ਦੇ ਵਿੱਚ, ਪਰ ਸਾਨੂੰ ਇਹਦੇ ਲਈ ਇਹਨਾਂ ਨੂੰ ਮਜਬੂਰ ਕਰਨਾ ਪੈਣਾ। ਸਾਰੇ ਐਨ ਆਰ ਆਈ ਭਰਾ ਮੈਂ ਬਾਹਰ ਜਾ ਕੇ ਆ, ਸਭ ਮਿਲਕਦੇ ਨੇ, ਉਹ ਕਹਿੰਦੇ ਯਾਰ ਕੋਈ ਇੱਕ ਗੱਲ ਪੁੱਛਦੇ ਵੀ ਯਾਰ ਪੰਜਾਬ ਇਹਨੂੰ ਹੋ ਕੀ ਗਿਆ, ਇਹ ਕੀ ਉਹਦੇ ਗੋਲੀ ਬਚ ਗਈ, ਉਹਦੇ ਗੋਲੀ ਬਚ ਗਈ, ਕੀ ਹੋ ਰਿਹਾ ਪੰਜਾਬ 'ਚ। ਹੁਣ ਇਸ ਚੀਜ਼ ਦੇ ਜਵਾਬ ਤਾਂ ਭਗਵੰਤ ਮਾਨ ਸਾਹਿਬ ਹੀ ਦੇ ਸਕਦੇ ਨੇ ਜਦੋਂ ਲੋਕ ਪੁੱਛਣਗੇ ਉਹਨਾਂ ਨੂੰ ਇਹ ਗੱਲ ਆ ਕੇ, ਪਰ ਉਹਨਾਂ ਦੇ ਤਾਂ ਕਿਸੇ ਏਜੰਡੇ 'ਚ ਹੀ ਨਹੀਂ। ਮੈਂ ਤਾਂ ਕਿਸੇ ਮੀਟਿੰਗ ਦੇ ਵਿੱਚ ਕਿਸੇ ਮੰਤਰੀ ਨੂੰ ਚਿੰਤਾ ਕਰਦੇ ਨਹੀਂ ਵੇਖਿਆ, ਮੈਂ ਕਿਸੇ ਮੁੱਖ ਮੰਤਰੀ ਨੂੰ ਚਿੰਤਾ ਕਰਦੇ ਨਹੀਂ ਵੇਖਿਆ ਵੀ ਸਾਡੇ ਰੋਜ਼ ਨੌਜਵਾਨ ਮਰੀ ਜਾਂਦੇ ਨੇ। ਤੁਸੀਂ ਦੇਖਿਆ ਸੁਣੀਆ ਕਿਸੇ ਤੋਂ ਗੱਲ, ਕਿਸੇ ਅਖਬਾਰ ਦੀ ਮੈਂ ਖਬਰ ਵੀ ਦੇਖੀ ਹੈ ਜਿਹਦੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੋਵੇ, ਕਹਿੰਦੇ ਘਰ ਦਾ ਵਿਹੜਾ ਬੁੱਢਾ ਵੱਜ ਜਾਂਦਾ, ਇਹ ਨਹੀਂ ਪਤਾ ਲੱਗਦਾ ਕਿੱਥੋਂ ਜ਼ਿੰਦਗੀ ਸ਼ੁਰੂ ਕਰੀਏ, ਕਿਸ ਉਮੀਦ ਨਾਲ ਤੁਹਾਡੇ ਅੱਗੇ ਖੜਾ ਬੋਲੀ ਜਾਂਦਾ, ਕੱਲ੍ਹ ਨੂੰ ਕੀ ਕਰੂੰਗਾ, ਕੀ ਬਚਿਆ ਕੀ ਹੈ ਕੋਲੇ। ਪਰ ਇਹ ਕਹਿੰਦੇ ਜੀ ਅਸੀਂ ਤਾਂ ਬੰਦੇ ਫੜਦੇ ਹੋ, ਇਹੀ ਸਵਾਲ ਪੁੱਛਦੇ ਨੂੰ ਮੈਨੂੰ 7 ਮਹੀਨੇ ਹੋ ਗਏ, 8ਵਾਂ ਮਹੀਨਾ ਚੱਲ ਪਿਆ ਵੀ ਤੁਸੀਂ 4-5 ਕਰੋੜ ਰੁਪਈਆ ਲਾਤਾ ਜਵਾਕ ਨੂੰ ਮਾਰਨ 'ਤੇ,
पैसे भाई आ कितों गए हो, यही गल सवाल पूछी जाते थे ना। सरकार मेन काम सरकार का, पुलिस को हल्लाशेरी देनी है सरकार ने देनी है। मैं नहीं कहता भी किसी फड़के मार दो, पर करोगे जो नहीं मारोगे तो फिर हल की है दोस्तों। अगे किसी जेल हो जाती ना भरावो, आदि चुल्हे च घा हरा हो जाता, घर उजड़ जाते, अगला कहता हूँ जेडे हूँ सजा कट के आए, मैं उसको योजे बंदे बुला सकते जे जमीन भालते फिरते, दो चार किले है तो दबाओ कि जेल कट के आए हैं। जेल साड़िया सुधार कर दी रही, कमाई के अड्डे बन गए, बदमाशा के अड्डे बन गए। सरकार के अंकड़े कहते 600-600 मोबाइल 6 महीने के कवर हो गया, 3600 मोबाइल महीने की 600 मोबाइल की एवरेज मिली है, पर कोई जिम्मेवारी लैन तैयार नहीं है। चिट्टे नाल खत्म करने हैं, जे आप वोटा अंदाजा लाइए 12,500 पिंड है पंजाब का, जे 5 ग्राम चिट्टा भी एक पिंड दे विच लगता हो तो 2.5 क्विंटल लगता रोज का, पंजाब 2.5 क्विंटल भाई पाकिस्तान का बाडर टप के आ गया, 50 किलोमीटर BSF के अंडर आ गया बॉर्डर एरिया, पाकिस्तान तो आ गया 2.5 क्विंटल, दिल्ली बन रहा है, दिल्ली भी सरकार थोड़ी है तो पंजाब भी थोड़ी है, रोको फिर किस हिसाब ने कदों रोकोगे, एडू वड्डा बदलाव तो आ भी नहीं सकता जिन्ना हूँ मैंडेट आ गया, इन्हें तो कहीं आना भी नहीं। करो सच्चाई का सामना। सो वीरो साड़ी जिहड़ी जवानी दे उत्ते चार शुरू हमले ने, चाहे सानू नशा पिया के मार दे, चाहे सानू गोली ना मार दे, जे कोई जज ना गलती ना कमाई 4 पैसे की कर लग भी गया, फिर फरौतियों वाले का मेरे ना, मैं तुम परसों की गल ही दसदा, एक NRI आया UK तो, आके उन्हें रीचार्ज करा लिया फोन उतर के कि शायद हूँ, मैं तुम्हें वह एड्रैस तो नहीं दस सकता क्योंकि उस बंद ने किनू फोन दिता, 10 लाख की फरौती आ गई, 24 घंटे नहीं मुड़ के दोबारा UK भाग गया, पूछा भी इन्ना छेती किमें गया भी है, टिकट ला के कहता गल आ होगी। आ हालात तो भी पंजाब के है, कि बदनामी हो रही है साढ़े स्टेट की बहरले मुल्कों में, कोई बंदा भरोसे ने यह गल कही नहीं सकता भी मैं बाहरों परदेस गया, मैं 4 दिन आपके भैन भाइयों को मिलकर आ जाऊंगा, पता ही नहीं कदों ठक टक्कर दे कदों फरौती आ जाए, लोग सारे हराम का खाने हो गए यार, कोई कमाई करना 4 पैसे कमा लेने गुनाह हो गया। अगली गल मालवा तो पहला कहें जी माझे दुआबे का भी देख लो, साडा जे तुम एजुकेशन वाले पक्ष तो भी देखो, साड़ी कली एजुकेशन रहेगी IELTS करना, हम मैं बड़े लोग मैसेज कर करके कहें भाई जी पंजाब गुलाम है, वो गल भी करा करो, लोग सू काफ़ी सुनते हैं, वो भाई गुलामी फिर +2 करके तो नहीं लगी, कोई जवाक ग्रेजुएशन तो करते ही नहीं, अफसर कितों आए UPSC के बच्चे, जो 12,500 पिंड है भाई, अगर साढ़ा 12,000-13,000 जवाक अपीयर हों तो सैकड़े कामयाब भी हो जाते, हूँ साढ़ा बहुत ही 4500 है, 5 पिंड मगर एक बंदा तो UPSC का टेस्ट दिता है, अफसर कितों बढ़ने, पर साढ़े तो उत्थे चुटकले सुना सुना कि दूजे मिलती जाते दाल खा के होगा, दूजे की बदनामी करो कि 13 तुक्का थोड़े लोट आ गया, बारी बारी नहीं आना, लोग ठीक है असं भोले हाँ, जो हूँ मैं इस विषय से गल करती लोग कहने वोटों दिन गल कर लग गए, तो फिर कुछ ना कुछ आप समझना पा, आप ठगा हो जाने कई बार कि यकीन करिए, हूँ तो कोई मेरा गल धिर भी नहीं बची बाकी हूँ वो भी नहीं लग जा, इन्हों का किसी गल बनी कोई ध्यान नहीं है, एक भी मंत्री ने एक भी किसी जिम्मेवार बंद ने हाले तक इन्ह कतलों की कोई जिम्मेवारी नहीं ली है, असं बिलकते फिरते हैं, कल किसी जथेबंदी को मिलके आएगा, बहरले वाले सारे वो चिंतित नहीं इस गल के भी ये हो की रहा है, आखिर रुकू कदों, और अगले सीधे थाने पर हमले कर लगे, रॉकेट लॉन्चर आ गई, कश्मीर वाले वैपन आ गए, दसो सारे जो बॉर्डर सरहद पार पाते इन्हों को आ गए, सुरक्षा किन्ने कु दे दोगे, तो बहुत चिंता करने वाली गल है भीरों।
6-7 महीने हो गया, असीं तां इसे गल ते कहिंदे सरकार नूं हत्थ बन्ह के बेनती करदे आ, कोई समां रहिंदे पॉलिसी बना लो, सख्ती कर दो उन्हां दे खिलाफ। पर बिहार का डी जी पी चार्ज लैंदा है भट्टी साहब, अगला कहिंदा गोली दे बदले गोली देवांगे, आ करोड़ परार किहड़ा करदा है। और साडे वाले विचारे हले कही जांदे ने जिवें सीएम साहब कहणगे उवें करांगे। भाई सीएम नूं की लोड़ पैंदी है, अगले कोल तां 250 मुलाजम उहदे लग्गिया होया है, लोड़ तां सानूं पैंदी है कि असीं कदे किते जाके चार दिन लुके कढ़दे हां, कदे किते जाके कढ़दे हां। साडी की गलती है, इक जवान पुत मरवा लिया, दूजा पैरवी भी ना करिए, किहो जिहा हालात है। सानूं कुछ नहीं पैंदा वीर, असीं तां देखो उजड़े बैठे हैं, वध तों वध मैनूं मार देणगे, कोई झंडा रीवा नहीं हुंदा, 50-60 ਟੁੱਕੇ ਖੜੇ ਆ, ਕੋਈ ਗੱਲ ਨਹੀਂ, ਮਾਰ ਵੀ ਦੇਣਗੇ, ਕੋਈ ਵੱਡੀ ਗੱਲ ਨਹੀਂ। ਪਰ ਗੱਲ ਇਹ ਹੈ ਵੀ ਅਸੀਂ ਜਾ ਕਿੱਧਰ ਨੂੰ ਨਹੀਂ, ਅਸੀਂ ਸੁਨੇਹਾ ਕੀ ਦੇਵਾਂਗੇ ਸਾਰੇ ਸਮੁੱਚੇ ਭਾਈਚਾਰੇ, ਤਾਂ ਇਹਦੇ 'ਤੇ ਸਾਨੂੰ ਫੈਸਲਾ ਕਰਨਾ ਪਊਗਾ ਸਾਰਿਆਂ ਨੂੰ। ਇਹਨਾਂ ਨੂੰ ਜਦੋਂ ਤੁਹਾਡੇ ਕੋਲ ਆਉਂਦੇ ਆ ਸਾਰੇ, ਇਹਨਾਂ ਨੂੰ ਪੁੱਛਦੇ, ਇਹ ਗੱਲ ਪੁੱਛਦਾ ਲਿਆ ਕਰੋ ਵੀ ਕਰਦੇ ਕੀ ਹੋ, ਸਾਲਟ ਪਾਤਾ ਕੋਈ ਗੱਲ, ਇੱਕ ਵੀ ਗੱਲ ਤੁਸੀਂ ਰਾਹ ਪਾਈ ਹੈ ਕਿਸੇ ਪਾਸੇ ਨੂੰ।